ਦਾ ਕੈਪਟਨ ਰਿਟਾਇਰ ਥਾਣੇ ਦਾ ਅੱਛਾ ਕਹੋਗੇ ਇਹ ਮੇਰੇ ਆਸੀ ਨੇ ਆਹੋ ਇੱਕ ਤਾਂ ਚਪੜਾਸੀ ਵੀ ਹੋਣਾ ਉਹ ਤੇਰਾ ਪਿਓ ਥਾ ਤੈਨੂੰ ਬੜਾ ਬੜਾ ਸੁਸ ਹੈ ਬੇਸ ਬੇਜਾ ਸੱਚੀ ਗੱਲ ਸੀ ਇਸ ਕਰਕੇ ਸਾਡਾ ਅੱਗਾ ਇਹ ਤਾਂ ਸਰਕਾਰ ਨਾ ਹੋਈ ਗਈ ਕੁਝ ਸਤਾਰ ਮੰਗਦਾ ਫੇਰ 16 ਮੰਗਦਾ ਕਰੀ ਤੇ ਸਤਾਰਵਾ ਸਗੜੀ ਲਿਆ ਫੇਰ ਬਾਬਾ ਬਣਾ ਇਹ ਮੇਰੇ ਸਾਥ ਚੰਗੀ ਦਾ ਲਾਇਆ ਤਰ ਹਾਂਜੀ ਜੀ ਮੈਂ ਕਿ ਕਹਾਂ ਸਰ ਇਹ ਮੇਰੇ ਜੀਜਾ ਇਹ ਨਹੀਂ ਹੋ ਅੱਛਾ ਇਹ ਤੇ ਮੇਰੇ ਡੈਡੀ ਦੀ ਉਮਰ ਦਾ ਹੈ ਹਾਂ ਹੋ ਇਹ ਵੀ ਸਰ ਤੇ ਤੈਨੂੰ ਲੰਗੇ ਹੀ ਹੈ ਦੇ ਮਜਨੇ ਸਾਰੇ ਨੂੰ ਪਤਾ ਹੈਗਾ ਪਿਓਏ ਨਾਲ ਹੀ ਬੱਚੀ ਯਾਦ ਇਹ ਕਹਾਂ ਸਰ ਸਾਰੇ ਨੂੰ ਪਤਾ ਹੈ ਕਿ ਮੈਂ ਬੁਆਇਸ ਸਕੂਲ ਚ ਪੜੀ ਹੋਈ ਆ ਸਾਰੇ ਨੂੰ ਪਤਾ ਕਿ ਮੈਂ ਬੁਆਇਸ ਸਕੂਲ ਚ ਪੜੀ ਹੋਈ ਆ ਬੁਆਇਸ ਬੇਮਜਾ ਡਰਾਈਵਰਾਂ ਤੇ ਮੇਰੇ ਪੰਗਾ ਤੋੜ ਦਿੱਤੀਆਂ ਬੇਮਜਾ ਨੇ ਤੁਹਾਡਾ ਨਾਮ ਲਿਆ ਮੇਰਾ ਨਾਮ ਲਿਆ ਹੋਈ ਗਿਆ ਸਾਰੇ ਨੌਕਰੀ ਨੁਕਰੀ ਲੱਗੀ ਹੋਈ ਸਾਰੇ ਨੌਕਰੀ ਨੁਕਰੀ ਲੱਗੀ ਤੁਹਾਡੀ ਖਾਨਦਾਨ ਬੇਮਜੇ ਬੇਮਜੇ ਨੂੰ ਜਾਣਦਾ ਤੇਰੇ ਕੋਲ ਕਿੰਨੀ ਵਾਰ ਬੋਲਿਆ ਬੇਮਜੇ ਨੇ ਮੇਰਾ ਪਿੱਛਾ ਬਹੁਤ ਭਾਰੀ ਤੇ ਤੂੰ ਮੈਨੂੰ ਜਾਣਦਾ ਨਹੀਂ ਆਹੋ ਬੇਮਜੇ ਮੇਰੇ ਕਹਿਣ ਦਾ ਮਤਲਬ ਪਤਾ ਕੀ ਹੈ ਬੇਮਜੇ ਮੇਰੇ ਪੰਜਾਂ ਸੱਤਾਂ ਭਰਾਵਾਂ ਦੀ ਇਕੱਲੀ ਇਕੱਲੀ ਇੱਕੋ ਭੈਣ ਆ ਮੇਰੇ ਜੀਜੇ ਮੇਰੇ ਘਰ ਵਾਲੇ ਤੈਨੂੰ ਪੜ੍ਹ ਦੇਵਾਂਗੇ ਟੁੱਕ ਦੇਵਾਂਗੇ ਪੰਜਾਂ ਸੱਤਾਂ ਭਰਾਵਾਂ ਦੀ ਇਕੱਲੀ ਇਕੱਲੀ ਇੱਕੋ ਭੈਣ ਆ ਪੰਜ ਸੱਤ ਕਿੰਨਾ ਹੋ ਗਏ ਬਾਰਾਂ ਤੇਰਾ ਬੰਦਾ ਮੈਂ ਕੱਚੀ ਕਲੀ ਆ ਮੁੰਡੂ ਤੇਲ ਬੜੀ ਦੇਰ ਇਸ ਕਰਕੇ ਤੇਰਾ ਪੁੱਛਾ ਵਾ ਆਹੋ ਗੱਲ ਸੁਣ ਲੈ
ਮੈਂ ਉਹੀ ਗੱਲ ਸੋਚਦਾ ਪਿੱਛਾ ਪਾਣਾ ਪਿੱਛਾ ਪਾਣਾ ਦੱਸਿਆ ਪਿੱਛਾ ਲੱਗਣਾ ਹੀ ਸੁਣੀ ਹੁੰਦੀ ਆ ਕਿਤੇ ਬੜਾ ਪਤਾ ਪਤਾ ਸਾਡੇ ਡੈਡੀ ਹੋਏ ਸੱਤ ਭਰਾ ਸੀਗੇ ਅੱਛਾ ਤਕੜੀਆਂ ਪੋਸਟਾਂ ਤੇ ਲੱਗੇ ਹੋਏ ਆਹੋ ਚਾਚਾ ਮੇਰਾ ਡਾਕਟਰ ਹੈ ਡਾਕਟਰ ਲੱਗਾ ਸੀ ਆਹੋ ਮੇਰਾ ਤੈਨੂੰ ਬੜਾ ਬੜਾ ਸੱਚੀ ਗੱਲ ਸੀ ਮੈਂ ਤੈਨੂੰ ਕਿਹਾ ਕਿਵੇਂ ਚੱਲਦੀ ਆ ਭਲਾ ਹੋਇਆ ਲੜ ਨੇੜਿਓਂ ਛੁੱਟਿਆ
ਬਾਬਾ ਇਹ ਮੈਂ ਬਾਬੂ ਸੀ ਇਹ ਵੀ ਮੈਂ ਰੱਖ ਦਿੱਤਾ ਹਾਂ ਜਿਹਨੂੰ ਰੱਖਦੀ